ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਦੇਖੋ ਸਸਿਆ ਵੀਰੋ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਬਾਜ਼ਾਰ ਦੇ ਵਿੱਚ ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 07876696625 ਤੁਹਾਡੇ ਕੋਲ ਕੋਈ ਵੀ ਖੇਤੀਬਾੜੀ ਵਾਲਾ ਸੰਦ ਜਿਵੇਂ ਕਿ ਟਰੈਕਟਰ ਹਾਲ ਤਵੀਆਂ ਸੁਭਾਗਾ ਜ਼ਮੀਨ ਪਲਾਟ ਰੋਟਾਵੇਟਰ ਕੰਪਾਈਨ ਵਗੈਰਾ ਟੁੜੀ ਵਾਲਾ ਰੀਪਰ ਕਿਸੇ ਵੀ ਸਾਈਜ਼ ਦਾ ਟਰਾਲਾ ਜਾਂ ਟਰਾਲੀ ਸੇਲ ਵਾਸਤੇ ਹੈ ਉਸ ਦੀ ਐਡ ਆਪਣੇ ਚੈਨਲ ਟਰੈਕਟਰ ਜ਼ਾਰ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਹਰੇਕ ਸਾਧਨ ਦੇ ਵੀਰੋਂ 5 ਤੋਂ 6 ਫੁੱਟ ਮਾ 5 ਤੋਂ 6 ਫੁੱਟ ਮਾ ਲਾਜ਼ਮੀ ਨੇ ਬਾਕੀ ਬਣਦੀ ਜਾਣਕਾਰੀ ਜਿਵੇਂ ਕਿ ਮਾਡਲ ਟਾਇਰਾਂ ਦੀ ਕੰਡੀਸ਼ਨ ਏਰੀਆ ਰੇਟ ਮੋਬਾਈਲ ਇਹ ਸਾਰੀ ਜਾਣਕਾਰੀ ਇਹਦੇ ਫੋਟੋਆਂ ਪੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਜੋ ਵੀ ਸਾਧਨ ਐਡ ਵਾਸਤੇ ਭੇਜਣਾ ਉਸ ਦਾ ਰੇਟ ਸਹੀ ਮਾਰਕੀਟ ਵੈਲਿਊ ਹਿਸਾਬ ਨਾਲ ਦੱਸਿਆ ਕਰੋ ਜੋ ਜੀ ਜਦ ਅਸੀਂ ਐਡ ਦੇ ਵਿੱਚ ਰੇਟ ਦਿਖਾਵਾਂਗੇ ਕਿਸੇ ਵੀ ਚੀਜ਼ ਦਾ ਫਿਕਸ ਰੇਟ ਨਹੀਂ ਹੁੰਦਾ ਹਰ ਇੱਕ ਚੀਜ਼ ਦਾ ਰੇਟ ਮੌਕੇ ਤੇ ਘੱਟ ਕੀਤਾ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੀ ਅਰਜਨ ਨੋਵੋ 605 ਟਰੈਕਟਰ ਬਾਰੇ ਅਰਜਨ ਨੋਵੋ 605 ਟਰੈਕਟਰ ਸੇਲ ਵਾਸਤੇ ਹੈ ਜੀ 2020 ਮਾਡਲ 2020 ਮਾਡਲ ਹੈ ਜੀ ਸਾਫ ਕੰਡੀਸ਼ਨ ਦੇ ਵਿੱਚ ਹੈ ਅਰਜਨ ਨੋਵੋ ਚੇਂਜਰ ਵਾਲਾ ਜੀ ਔਰ ਫੁੱਲ ਟੌਪ ਮਾਡਲ ਹੈ ਜੀ ਟਰੈਕਟਰ ਪਾਵਰ ਸਟੀering ਡਬਲ ਕਲੱਚ ਰਿਵਰਸ ਪੀਡੀਓ ਤੇਲ ਵਾਲੀਆਂ ਬ੍ਰੇਕਾਂ ਸਾਈਡ ਗੇਅਰ 3 ਸਪੀਡ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਟਰੈਕਟਰ ਹੈ ਜੀ ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈ ਮੌਕੇ ਤੇ ਖਰੀਦਣ ਵਾਲਾ ਟਰੈਕਟਰ ਟਰੈਕਟਰ ਨੂੰ ਚਲਾ ਕੇ ਸੰਤੁਸ਼ਟੀ ਕਰਕੇ ਖਰੀਦ ਸਕਦੇ ਹੋ ਜੀ ਬੇਸਿਕ ਕੰਡੀਸ਼ਨ ਓਕੇ 2020 ਮਾਡਲ ਹੈ ਦਿੱਕਤ ਕੋਈ ਨਹੀਂ ਟਰੈਕਟਰ ਦੇ ਵਿੱਚ ਫਰਸਟ ਓਨਰ ਹੈ ਜੀ 200 ਘੰਟੇ ਟਰੈਕਟਰ ਟੋਟਲੀ ਸਾਰਾ ਚੱਲਿਆ ਹੋਇਆ 200 ਘੰਟੇ ਬੈਕ ਸਾਈਡ ਤੋਂ ਹੀ ਸੀਵ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਸਾਰੀ ਕੰਡੀਸ਼ਨ ਸਾਰੀ ਬਿਲਕੁਲ ਓਕੇ ਹੈ ਜੀ ਪ੍ਰਾਈਸ ਦੀ ਜੇਕਰ ਆਪਾਂ ਗੱਲ ਕਰੀਏ 7,50,000 ਰੁਪਿਆ ਪ੍ਰਾਈਸ ਰੱਖਿਆ ਹੈ ਕੈਮਰਾ ਵਾਲੋ ਬਾਕੀ ਵੀਰ ਮੌਕੇ ਤੇ ਐਡਜਸਟ ਕਰ ਲੈਣਗੇ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਰ ਹੈ ਜਿਸ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਮੋਗਾ ਏਰੀਏ ਦੇ ਵਿੱਚ ਟਰੈਕਟਰ ਹੈ ਜੀ ਵੀਰਾਂ ਕੋਲੇ ਮੋਗਾ ਏਰੀਏ ਦੇ ਵਿੱਚ ਟਰੈਕਟਰ ਖੜਾ ਹੈ ਵੀਰਾਂ ਕੋਲੇ ਬਾਕੀ ਇਸ ਦੁਸ਼ਟੀ ਕਰਕੇ ਮੌਕੇ ਤੇ ਹਰ ਇੱਕ ਚੀਜ਼ ਨੂੰ ਤਸੱਲੀ ਕਰਕੇ ਖਰੀਦ ਸਾਬ ਜੋ ਕੰਡੀਸ਼ਨ ਸਾਰੀ ਬਿਲਕੁਲ ਓਕੇ ਹੈ ਜੀ ਟਰੈਕਟਰ ਦੀ ਹਾਂ ਜੀ ਵੀਰ ਹੁਣ ਆਪਾਂ ਗੱਲ ਕਰਦੇ ਹਾਂ ਜੌਡੀਅਰ 4x4 ਟਰੈਕਟਰ ਸੇਲ ਵਾਸਤੇ ਹੈ ਜੀ 5405 5405 ਟਰੈਕਟਰ ਹੈ ਜੀ 4 4 ਵੀਲ ਡਰਾਈ ਦੇ ਵਿੱਚ ਹੈ ਬਿਲਕੁਲ ਕੰਡੀਸ਼ਨ ਸਾਰੀ ਓਕੇ ਹੈ ਜੀ ਅਗਸਤ ਵੀਹ ਦੇ ਵਿੱਚ ਆਇਆ ਹੋਇਆ ਹੈ 2000 ਅਗਸਤ ਵੀਹ ਦੇ ਵਿੱਚ ਆਇਆ ਹੋਇਆ ਸੀ 2021 ਮਾਡਲ ਹੈ ਬਿਲਕੁਲ ਸਾਫ਼ ਕੰਡੀਸ਼ਨ ਜ ਹੈ ਟੋਟਲੀ 30 ਘੰਟੇ ਟਰੈਕਟਰ ਸਾਰਾ ਚੱਲਿਆ ਹੋਇਆ ਜੀ ਹਲ ਤੱਕ 30 ਘੰਟੇ ਬਿਲਕੁਲ ਵਧੀਆ ਕੰਡੀਸ਼ਨ ਚੱਲਦਾ ਹੈ ਟੋਟਲੀ ਜੈਨੂਇਨ ਟਰੈਕਟਰ ਹੈ ਕੋਈ ਵੀ ਪਾਰਟਸ ਵਗੈਰਾ ਚੇਂਜ ਨਹੀਂ ਸਾਰਾ ਸਿਸਟਮ ਸਾਰੀ ਦੁਸ਼ਤੀ ਸਾਰਾ ਪਾਰਟਸ ਵਗੈਰਾ ਨਾਲ ਦੇ ਨੇ ਸਾਰੇ ਔਰ ਹਾਈਡਰੋਲਿਕ ਲਿਫਟ ਲਿਫਟ ਵਗੈਰਾ ਰਿਮੋਟ ਕੰਟਰੋਲ ਤੇ ਵੀ ਹੈ ਜੋ ਬਟਨ ਲੱਗਦੇ ਨੇ ਸਾਈਡ ਤੇ ਪੁਸ਼ ਬਟਨ ਉਹਨਾਂ ਦੇ ਕੰਟਰੋਲ ਹੈ ਜੀ ਲਿਫਟ 4휠 ਡਰਾਈਵ ਚ ਹੈ ਪਾਵਰ ਸਟੀering ਡਬਲ ਕਲਚ ਰਿਵਰਸ ਪੀਡੀਓ ਤੇਲ ਵਾਲੀਆਂ ਬ੍ਰੇਕਾਂ ਸਾਈਡ ਗੇਅਰ 4 ਸਪੀਡ ਦੇ ਵਿੱਚ ਟਰੈਕਟਰ ਹੈ ਜੀ ਜੌਨੀਅਰ ਗੇਅਰ ਪ੍ਰੋ ਹੈ ਜੀ ਇਹ 4 ਸਪੀਡ ਦੇ ਵਿੱਚ ਐਡਜਸਟੇਬਲ ਸਟੀering ਹੈ ਜੀ ਟਰੈਕਟਰ ਦਾ ਔਰ ਕੰਡੀਸ਼ਨ ਵਗੈਰਾ ਬਿਲਕੁਲ ਓਕੇ ਹੈ ਡਬਲ ਡਿਸਟ੍ਰੀਬਿਊਟਰ ਟਰੈਕਟਰ ਹੈ ਜੀ ਮੌਕੇ ਤੇ ਖਰੀਦਣ ਤੋਂ ਸਭੇ ਟਰੈਕਟਰ ਨੂੰ ਆਦਾ ਚਲਾ ਕੇ ਚੈੱਕ ਕਰਕੇ ਪੂਰੀ ਸੁਦਸ਼ਟੀ ਕਰਕੇ ਖਰੀਦ ਸਕਦੇ ਹੋ ਔਰ ਬੇਰਾ ਦੇ ਬੇਰਾ ਦੇ ਪ੍ਰਾਈਜ਼ ਰੱਖਿਆ ਗਿਆ ਟਰੈਕਟਰ ਦਾ 10 ਲੱਖ 70000 ਰੁਪਏ 10 ਲੱਖ 70000 ਰੁਪਏ ਪ੍ਰਾਈਜ਼ ਹੈ ਬੇਰਾ ਦਾ ਪਿੰਡ RAMDAS ਅਮ੍ਰਿਤਸਰ ਦੇ ਵਿੱਚ ਪੈਂਦਾ ਹੈ ਬੇਰਾ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਹੈ ਹਾਂਜੀ ਵੀਰੋ ਜੋ ਵੀ ਉਹਨਾਂ ਨੇ ਹਾਲ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਉਹਨਾਂ ਨੂੰ ਬੇਜ ਤੇ ਵੀਰੋ ਜਲ 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 ਸ਼ੇਅਰ ਕਰ ਦਿਆ ਕਰੋ ਤਾਂਕਿ ਬਾਅਦ ਤੋਂ ਬਾਅਦ ਵੀਰ ਆਪਣੇ ਜਿਹੜਾ ਟਰੈਕਟਰ ਯਾਰ ਜਿਹੜਾ ਜੁੜ ਸਕਣ ਤੇ ਬਾਅਦ ਤੋਂ ਅੱਜ ਤੁਹਾਡੇ ਲਈ ਐਡ ਲੈ ਕੇ ਆ ਸਕੀਏ ਇਸ ਕਰਕੇ ਸਾਰੇ ਵੀਰਾਂ ਨੂੰ ਬੇਜ ਤੇ ਆਪਣੀ ਵੀਡੀਓ ਜਲ 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 ਸ਼ੇਅਰ ਜਰੂਰ ਕਰ ਦਿਆ ਕਰੋ ਨਵੇਂ ਪੁਰਾਣੇ ਸਾਰੇ हां जी भईरो ਹੜਾਪਾ ਗੱਲ ਕਰਦੇ ਆ ਜੀਰੋ ਡ੍ਰਿਲ ਸੇਲ ਵਾਸਤੇ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ ਡ੍ਰਿਲ ਦੀ ਸਾਫ ਕੰਡੀਸ਼ਨ ਦੇ ਵਿੱਚ ਹੈ 2010 ਮਾਡਲ ਮਸ਼ੀਨ ਹੈ ਜੀ ਇਹ 2010 ਮਾਡਲ ਔਰ ਬਾਕੀ ਸਾਫ ਕੰਡੀਸ਼ਨ ਦੇ ਵਿੱਚ ਹੈ ਬਿਲਕੁਲ 11 ਪੂਰੀ ਬਸ਼ੀੜ ਹੈ ਜੀ ਇਹ 11 ਪੂਰੀ ਤੇ ਬਾਕੀ ਫਾਲੇ ਫੁਲੇ ਵਗੈਰਾ ਸਾਰੇ ਬਿਲਕੁਲ ਓਕੇ ਨੇ ਡੱਗਿਆ ਵਗੈਰਾ ਦੀ ਟੈਂਕੀਆਂ ਵਗੈਰਾ ਦੀ ਕੰਡੀਸ਼ਨ ਓਕੇ ਹੈ ਜੀ ਸਾਫ਼ ਕੰਡੀਸ਼ਨ ਦੇ ਵਿੱਚ ਪਈ ਹੈ ਕੋਈ ਡੈਮੇਜ ਵਗੈਰਾ ਨਹੀਂ ਔਰ ਵਧੀਆ ਕੰਡੀਸ਼ਨ ਤੇ ਚੱਲਦੀ ਹੈ ਸਾਰੀ ਮਸ਼ੀਨ ਸਦੋਸ਼ਟੀ ਵਗੈਰਾ ਕਰਕੇ ਆ ਦੀ ਸਾਰੀ ਚੀਜ਼ ਚੈਕਿੰਗ ਕਰਕੇ ਮਸ਼ੀਨ ਦੀ ਬਾਕੀ ਕੋਈ ਦਿੱਕਤ ਵਗੈਰਾ ਨਹੀਂ ਵਧੀਆ ਕੰਡੀਸ਼ਨ ਚੱਲਦੀ ਹੈ ਜੀ ਮਜ਼ਬੂਤ ਹੈਵੀ ਹੈ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਪਈ ਹੈ 15000 ਰੁਪਿਆ ਬਰਵਲੋ ਰੇਟ ਰੱਖਿਆ ਗਿਆ ਮਸ਼ੀਨ ਦਾ 15000 ਰੁਪਿਆ ਮੌਕੇ ਤੇ ਆਪਦੀ ਹਰ ਇੱਕ ਚੀਜ਼ ਚੈੱਕ ਕਰਕੇ ਸੰਤੁਸ਼ਟੀ ਕਰਕੇ ਖਰੀਦ ਸਾਦਿਓ। ਦਿੱਕਤ ਵਗੈਰਾ ਕੋਈ ਨਹੀਂ ਹੈਗੀ ਮਸ਼ੀਨ ਦੇ ਵਿੱਚ ਔਰ ਬਾਕੀ ਮਸ਼ੀਨ ਦਾ ਪ੍ਰਾਈਸ 15000 ਰੁਪਏ ਵਿਰਾਂ ਦਾ ਏਰੀਆ ਜੋ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਜਲੌਰ ਪਿੰਡ ਹੈ ਵਿਰਾਂ ਦਾ ਜਲੌਰ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਵਿਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅਰ ਹੈ ਇਸ ਨੰਬਰ ਤੇ ਕੰਟੈਕਟ ਕਰਕੇ ਵਿਰਾਂ ਨਾਲ ਗੱਲਬਾਤ ਕਰਕੇ ਤੁਸੀਂ ਮਸ਼ੀਨ ਨੂੰ ਖਰੀਦ ਸਕਦੇ ਹੋ। ਹਾਂਜੀ ਵੀਰ ਹੁਣ ਆਪਾਂ ਗੱਲ ਕਰਦੇ ਆ ਜੀ ਦਸ਼ਮੇਸ਼ ਕੰਪਨੀ ਦਾ ਰੋਟਾਵੇਟਰ ਸੇਲ ਵਾਸਤੇ ਹੈ ਲੈਂਡ ਫੋਰਸ ਕੰਪਨੀ ਦਾ 7 ਫੁੱਟਾ ਰੋਟਾਵੇਟਰ ਹੈ ਜੀ 7 ਫੁੱਟਾ ਰੋਟਾਵੇਟਰ ਹੈ ਜੀ ਲੈਂਡ ਫੋਰਸ ਕੰਪਨੀ ਦਾ ਅਮਰਗੜ ਵਾਲਿਆਂ ਦਾ ਜੀ ਇਹ ਅਮਰਗੜ ਵਾਲਿਆਂ ਦਾ 2015 ਮਾਡਲ ਰੋਟਾਵੇਟਰ ਹੈ ਜੀ 2015 ਮਾਡਲ ਬਿਲਕੁਲ ਵਧੀਆ ਕੰਡੀਸ਼ਨ ਚ ਹੈ ਜੀ ਕੋਈ ਦਿੱਕਤ ਨਹੀਂ ਅੱਧੇ ਬਲੇਡ ਨੇ ਰੋਟਾਵੇਟਰ ਦੇ ਅੱਧੇ ਬਲੇਡ ਪਏ ਨੇ 15 ਮਾਡਲ ਹੈ ਕੰਡੀਸ਼ਨ ਦੇਖ ਸਕਦੇ ਹੋ ਰੰਗ ਮੇਟ ਵਗੈਰਾ ਮਾੜਾ ਮੋਟਾ ਡੈਮੇਜ ਹੈ ਰੋਟਾਵੇਟਰ ਦਾ ਬਾਕੀ ਡ੍ਰਿੱਲ ਵਗੈਰਾ ਦੀ ਸਾਰੀ ਕੰਡੀਸ਼ਨ ਓਕੇ ਹੈ ਪੇਂਟ ਵਗੈਰਾ ਸਾਫ਼ ਪਿਆ ਜੀ ਡ੍ਰਿੱਲ ਦਾ ਟੈਂਕ ਵਗੈਰਾ ਦੀ ਕੰਡੀਸ਼ਨ ਓਕੇ ਹੈ ਰੋਟਾਵੇਟਰ ਦਾ ਮਾੜਾ ਮੋਟਾ ਰੰਗ ਡੈਮੇਜ ਹੈ ਜੀ ਬਾਕੀ ਵਧੀਆ ਕੰਡੀਸ਼ਨ ਚੱਲਦਾ ਕੋਈ ਗੇਅਰ ਬਾਕਸ ਵਗੈਰਾ ਜੋ ਆਵਾਜ਼ ਨਹੀਂ ਹੈਗੀ ਗੇਅਰ ਬਾਕਸ ਦੀ ਕੰਡੀਸ਼ਨ ਓਕੇ ਸਾਰੀ ਬੋਕੇ ਦੇ ਖਰੀਦਦੇ ਸਮੇਂ ਸਦੁਸ਼ਟੀ ਕਰਕੇ ਚੈਕਿੰਗ ਕਰਕੇ ਰੋਟਾਵੇਟਰ ਦੀ ਗੇਅਰ ਬਾਕਸ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਮੇਰੇ ਵੱਲੋਂ ਫੋਲੇ ਗਾਰੰਟੀ ਦਿੱਤੀ ਗਿਆ ਰੋਟਾਵੇਟਰ ਦੀ ਮੇਰਾ ਦਾ ਏਰੀਆ ਜੋ ਪਿੱਖੀ ਜੋ ਡਿਸਟ੍ਰਿਕਟ ਮਾਨਸਾ ਦੇ ਵਿੱਚ ਪੈਂਦਾ ਹੈ 80000 ਰੁਪਿਆ ਪ੍ਰਾਈਜ਼ ਰੱਖਿਆ ਗਿਆ ਹੈ ਬਰਾਬਰ ਵੱਲੋਂ 80000 ਪਿੱਖੀ ਏਰੀਆ ਇਹ ਵਿਰਾਂ ਦਾ ਮਾਨਸਾ ਦੇ ਵਿੱਚ ਔਰ ਜੋ ਵਿਰਾਂ ਦਾ ਮੋਬਾਈਲ ਨੰਬਰ ਹੈ ਇਸ ਸਮੇਂ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਜਿਸ ਨੰਬਰ ਤੇ ਕੰਟੈਕਟ ਕਰਕੇ ਵਿਰਾਂ ਨਾਲ ਗੱਲਬਾਤ ਕਰਕੇ ਤੁਸੀਂ ਰੋਟਾਵੇਟਰ ਨੂੰ ਖਰੀਦ ਸਕਦੇ ਹੋ ਰੋਟਾਵੇਟਰ ਦੀ ਮੈਨੂਫੈਕਚਰਿੰਗ ਪਲੇਟ ਦੇਖ ਸਕਦੇ ਹੋ ਤੁਸੀਂ ਮਾਡਲ 1516 ਮਾਡਲ ਹੈ ਜੀ ਸੀਰੀਅਲ ਨੰਬਰ ਪ੍ਰੋਡਕਟ ਵਗੈਰਾ ਦੇਖ ਸਕਦੇ ਹੋ ਮਾਡਲ ਵਗੈਰਾ ਕੰਡੀਸ਼ਨ ਵਗੈਰਾ ਓਕੇ ਹੈ ਜੀ ਕੋਈ ਦਿੱਕਤ ਨਹੀਂ ਰੋਟਾਵੇਟਰ ਚ ਹਾਂ ਜੀ ਵੀਰ ਹੁਣ ਆਪਾਂ ਗੱਲ ਕਰਦੇ ਆ ਜੀ ਆਲਟੋ ਗੱਡੀ ਸੇਲ ਬਸਤੇ ਐ ਆਲਟੋ ਕੇ 10 ਗੱਡੀ ਐ ਜੀ BX I ਆਲ ਓਰੀਜਨਲ ਗੱਡੀ ਐ ਜੀ ਬਿਲਕੁਲ ਨਵੀਂ ਬੈਟਰੀ ਐ ਨਵੇਂ ਟਾਇਰ ਨੇ ਜੀ ਚਾਰੋਂ ਗੱਡੀ ਤੇ ਬਿਲਕੁਲ ਨਵੀਂ ਬੈਟਰੀ ਨਵੇਂ ਟਾਇਰ ਨੇ ਜੀ ਔਰ ਆਲ ਓਰੀਜਨਲ ਗੱਡੀ ਐ ਬਿਲਕੁਲ ਕੰਡੀਸ਼ਨ ਓਕੇ ਐ 65000 ਕਿਲੋਮੀਟਰ ਗੱਡੀ ਰਨਿੰਗ ਦੇ ਵਿੱਚ ਐ 65000 ਕਿਲੋਮੀਟਰ ਚੱਲੀ ਹੋਈ ਐ ਜੀ ਗੱਡੀ ਔਰ ਬਾਕੀ ਕੰਡੀਸ਼ਨ ਵਗੈਰਾ ਓਕੇ ਐ ਫੁੱਲ ਇੰਸ਼ੋਰੈਂਸ ਹੈ ਗੱਡੀ ਦਾ ਰਿਮੋਟ ਕੰਟਰੋਲ ਹੈ ਜੀ ਦੋ ਕੀਜ਼ ਨਾਲ ਮਿਲ ਲੇਗਾ ਦੋ ਚਾਬੀਆਂ ਮਿਲ ਲਿਆ ਗੱਡੀ ਦੇ ਨਾਲ 12 ਮਾਡਲ ਹੈ ਜੀ 2012 ਮਾਡਲ ਹੈ ਜੀ ਸੈਕੰਡ ਆਡਰ ਦੇ ਕੋਲ ਹੈ ਗੱਡੀ ਕੰਡੀਸ਼ਨ ਓਕੇ ਹੈ ਸੀਟ ਕਵਰ ਮੈਟਿੰਗ ਵਗੈਰਾ ਇੰਟੀਰੀਅਰ ਡੈਸ਼ਬੋਰਡ ਦੀ ਕੰਡੀਸ਼ਨ ਓਕੇ ਹੈ ਸਾਰੀ ਅੰਦਰੋਂ ਔਰ AC ਹੀਟਰ ਦੀ ਕੰਡੀਸ਼ਨ ਓਕੇ ਹੈ ਮੌਕੇ ਤੇ ਖਰੀਦਦਾਰ ਸਵੇ ਗੱਡੀ ਨੂੰ ਚਲਾ ਕੇ ਟੈਸਟ ਡਰਾਈਵ ਲੈ ਕੇ ਚੈੱਕ ਕਰਕੇ ਸੁਦਸ਼ਟੀ ਕਰਕੇ ਖਰੀਦ ਸਕਦੇ ਹੋ ਬਾਕੀ ਅੰਦਰੋਂ ਕੰਡੀਸ਼ਨਰ ਵਗੈਰਾ ਸੀਟ ਕਵਰ ਵਗੈਰਾ ਦੇਖ ਸਕਦੇ ਹੋ ਬੈਟਿੰਗ ਤੇ ਦੇਖ ਸਕਦੇ ਹੋ ਕੰਡੀਸ਼ਨਰ ਵਗੈਰਾ ਅੰਦਰੋਂ ਬਹੁਤ ਵਧੀਆ ਸਾਫ਼ ਹੈ ਗੱਡੀ ਦੀ ਆਲਟੋ ਕੇਟਰ BX I ਮਾਡਲ ਹੈ ਜੀ ਇਹ ਔਰ オリジナル ਗੱਡੀ ਹੈ ਕੋਈ ਦਿੱਕਤ ਵਗੈਰਾ ਨਹੀਂ ਪ੍ਰਾਈਸ ਦੀ ਜੇਕਰ ਆਪਾਂ ਗੱਲ ਕਰੀਏ ਬਰਾਵਲੋ ਗੱਡੀ ਦਾ ਪ੍ਰਾਈਸ ਰੱਖਿਆ ਗਿਆ 220000 ਰੁਪਿਆ ਇੰਜਨ ਦੇ ਫੋਟੋਆਂ ਸਕਰੀਨ ਤੇ ਸ਼ੋਹਰਿਆ ਇੰਜਨ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ 220000 ਰੁਪਿਆ ਪ੍ਰਾਈਸ ਰੱਖਿਆ ਗਿਆ ਬਰਾਵਲੋ ਗੱਡੀ ਦਾ ਔਰ ਬਰਾ ਦਾ ਏਰੀਆ ਜੋ ਮੜੋਕੇ ਪੈਂਦਾ ਵੀਰਾ ਤਾਂ ਮਾਣੋ ਕੇ ਜੋ ਡਿਸਟ੍ਰਿਕਟ ਮੋਗਾ ਦੇ ਵਿੱਚ ਪੈਂਦਾ ਜੀ ਔਰ ਵੀਰਾ ਦਾ ਮੋਬਾਈਲ ਉੱਪਰ ਐਸਵੇਂ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜਿਸ ਨੰਬਰ ਤੇ ਕੋਈ ਡਾਇਰੈਕਟ ਕਰਕੇ ਵੀਰੇ ਨਾਲ ਗੱਲਬਾਤ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਸਤੁਸ਼ਟੀ ਕਰਕੇ ਆਪ ਦੀ ਹਰ ਇੱਕ ਚੀਜ਼ ਦਸੱਲੀ ਕਰਕੇ ਖਰੀਦ ਸਕਦੇ ਹੋ ਜੀ ਹਾਜੀ ਵੀਰ ਹੁਣ ਆਪਾਂ ਗੱਲ ਕਰਦੇ ਆ ਕੰਬਾਈਨ ਸੇਲ ਵਾਸਤੇ ਆ ਸੁਰਿੰਦਰਾ ਕੰਬਾਈਨ ਹੈ ਜੀ ਸੁਰਿੰਦਰਾ ਕੰਡੀਸ਼ਨ ਦੇਖ ਸਕਦੇ ਹੋ ਮਸ਼ੀਨ ਦੀ ਫੋਟੋਆਂ ਵਗੈਰਾ ਸਕਰੀਨ ਦੇ ਉੱਪਰ ਸ਼ੋਅ ਹੋ ਰਹੀਆਂ ਨੇ ਮਾਡਲ ਦੀ ਆਪਾਂ ਜੇਕਰ ਗੱਲ ਕਰੀਏ 2013 ਮਾਡਲ ਮਸ਼ੀਨ ਹੈ ਜੀ 2013 ਵਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਜੀ ਕੋਈ ਦਿੱਕਤ ਨਹੀਂ ਕੰਡੀਸ਼ਨ ਵਗੈਰਾ ਓਕੇ ਹੈ ਪੇਂਟ ਵਗੈਰਾ ਦੇਖ ਸਕਦੇ ਹੋ ਮਸ਼ੀਨ ਦਾ オリジナル ਪੇਂਟ ਹੈ ਸਾਫ ਕੰਡੀਸ਼ਨ ਦੇ ਵਿੱਚ ਹੈ ਡਿਸਪੋਜ਼ਲ ਇੰਜਨ ਹੈ ਜੀ ਮਸ਼ੀਨ ਦਾ ਬਿਲਕੁਲ ਸਾਫ ਕੰਡੀਸ਼ਨ ਚ ਹੈ ਜੀ ਕੋਈ ਦਿੱਕਤ ਨਹੀਂ ਔਰ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਾਇਰ ਨਾਲ ਦੇ ਨੇ ਮਸ਼ੀਨ ਦੇ ਜੋ ਕੰਪਨੀ ਵੱਲੋਂ ਆਏ ਹੈ ਸਾਫ ਵਧੀਆ ਕੰਡੀਸ਼ਨ ਦੇ ਵਿੱਚ ਟਾਇਰ ਪਏ ਨੇ SMS ਨਾਲ ਨਹੀਂ ਹੈਗਾ ਜੀ SMS ਤੋਂ ਬਣੈਗੀ ਮਸ਼ੀਨ ਇਹ ਔਰ ਪੰਜਾਬ ਨੰਬਰ ਹੈ ਜੀ ਡਾਕੂਮੈਂਟਸ ਕੰਪਲੀਟ ਮਿਲ ਜਾਣਗੇ ਟੋਟਲ ਸਾਰੇ ਫਾਰਮ ਵਗੈਰਾ ਸਾਰੇ ਫਾਰਮ ਨਾਲ ਮਿਲ ਲਗੇ ਜੀ ਸਾਰੇ ਡਾਕੂਮੈਂਟਸ ਕੰਪਲੀਟ ਮਿਲ ਲਗੇ ਮਸ਼ੀਨ ਨੂੰ ਖਰੀਦਣ ਸੇ ਮੌਕੇ ਤੇ ਆਦੀ ਚੈੱਕ ਕਰਕੇ ਸਦੁਸ਼ਟੀ ਕਰਕੇ ਖਰੀਦ ਸਕਦੇ ਵੀਰੇ ਦੱਸੋ ਸਰ ਵਸ਼ੀਰ ਸਾਰੀ ਓਕੇ ਹੈ ਜੀ ਪ੍ਰਾਈਸ ਦੀ ਗੱਲ ਕਰੀਏ 9,25,000 ਰੁਪਿਆ ਪ੍ਰਾਈਸ ਰੱਖਿਆ ਵਿਰਾ ਵੱਲੋਂ ਤਰੰਤ ਤਰ ਏਰੀਆ ਵਿਰਾ ਦਾ ਵਿਰਾ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜਿਸ ਨੰਬਰ ਤੇ ਕੰਟੈਕਟ ਕਰਕੇ ਵਿਰਾ ਨਾਲ ਗੱਲਬਾਤ ਕਰਕੇ ਮਸ਼ੀਨ ਨੂੰ ਖਰੀਦ ਸਕਦੇ ਹੋ ਮਸ਼ੀਨ ਸੰਬੰਧੀ ਕਿਸੇ ਵੀ ਨਿਬਧੇਰੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਵਿਰਾ ਤੋਂ ਬਾਕੀ ਜਾਣਕਾਰੀ ਵਿਰਾ ਵੀ ਪ੍ਰਾਪਤ ਕਰ ਸਕਦਾ ਜੀ ਕੰਡੀਸ਼ਨ ਵਗੈਰਾ ਸਾਰੀ ਮਸ਼ੀਨ ਦੀ ਫੋਟੋ ਬਸ ਸਕਰੀਨ ਤੇ ਸ਼ੋਅ ਹੋ ਰਹੀਆਂ ਨੇ ਸਾਜੀ ਵੀਰੋ ਅੱਜ ਦੀ ਵੀਡੀਓ ਦਾ ਸਫਰ ਆਪੜਾ ਇੱਥੋਂ ਤੱਕ ਸੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖ ਲਈ ਜੋ ਵੀਰਾਂ ਨੇ ਹਾਲ ਤੱਕ ਆਪਣੇ ਚੈਨਲ ਟਰੈਕਟਰ ਯਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਵੀਡੀਓ ਦੇ ਢਿਚੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਰਹਿ ਰਿਹਾ ਉਸ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਆਪਣੀ ਹਰੇਕ ਔਰ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਫ੍ਰੀ ਦੇ ਵਿੱਚ ਸਬਸਕ੍ਰਾਈਬਰ ਹੁੰਦਾ ਜੀ ਕੋਈ ਪੈਸਾ ਨਹੀਂ ਲੱਗਦਾ ਔਰ ਵੀਡੀਓ ਚੱਲ ਜਾਈਏ ਜ ਨੂੰ ਸ਼ੇਅਰ ਕਰਨਾ ਨਾ ਭੁੱਲਿਆ